خالی بہانہ بنے رزق مولا حسین کھلیا جلیب کو نینہ
کسی کسی دی ما شریفه 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 سارا کو زمانا لا دی تو پہلے نارا علی تلا جا تلوار صدقے سلام دے بعد نبی دے کول آیا لیکن یا رسول اللہ یہ اعلان اپنے کولوں کی تن ہے سر چوہے بھائی عقیدہ پڑھن لگا قصیدہ نہیں اعلان اپنے کولوں کی تن ہے کل کائنات دی رحمت دے چہرے تے جلال آیا وما ينتقل الهوا ده مصداق محمد چرت جلال آیا یاقوتی لا برکت چائے نبی فرماندے نے کیا کی ویکھ دے یا رسول اللہ اعلان کولو کی تنے نبی سینے تے ہاتھ مارے انگلی شہادت اٹھی نبی دی اس بندے دے پاسے ویکھ کے نبی دے سلطان ویکھ کے پیادے بھائی میں قصیدہ پڑھن لگا جی مقدمین ذاکرین بزرگ ذاکر جیڑی ستر جیڑا قصیدہ پڑھ دیو نین اور یاد رکھیں مقدمین ذاکرین بزرگ ذاکر قصیدہ نین پڑھ دیو عقیدہ پڑھ دیو تو میں پڑھ لگا لین جانے مولا حسین جانے الحمدللہ سبحان اللہ وسط رو آباد پشاد رو پورے ملک دی نمائندگی الحمدللہ مالک میرے بابی جی انہوں بچن والا آباد پشاد رو
ਰੰਗ ਨਾ ਬਾਹਰ ਸਿੰਧੀਏ ਦਰਾ ਇਹ ਕਾਇਸ਼ਾ ਨਹੀਂ ਸੁਣਾਈ ਬੜੀ ਮਿਹਰਬਾਨੀ ਪਾਵਰ ਇਨਾਮ ਦਿੱਤੇ ਸਾਦਾਤ ਦੀ ਇਨਾਮ ਪਹਿਲੋਂ ਨਾਲ ਬੜੀ ਬਾਤ ਜੀ ਮੇਰੇ ਵਾਸਤੇ ਜੰਨਤ ਸੀ ਮੈਂ ਆਖਾਂ ਮਿਹਰਬਾਨੀ ਹੈ ਯਾ ਅਲੀ ਆਪਕੇ ਬੱਚੋਂ ਕੀ ਮਿਹਰਬਾਨੀ ਹੈ ਨਾਲ ਪੁੱਤਰਾਂ ਦੇ ਵਸਦੇ ਰਹੋ ਮੈਂ ਕੋਸ਼ਿਸ਼ ਕਰੇ ਨਾ ਜੋ ਹਰ ਹੱਥ ਬੁਲਾਉਂਦਾ ਸੀ ਲਿਖਿਆ ਨੌਕਰ ਦੇ ਪਾਸੇ ਲੈਣ ਜਾਣ ਜੀ ਜੀ ਬਿਸਮਿਲਾ ਕਰਾ ਜਿਹੜੇ ਖੜੇ ਬੈਠੇ ਨੇ ਬਾਬਾ ਜੀ ਹਰ ਬੰਦੇ ਦਾ ਹੱਥ ਬੁਲਾਉਣ ਹੋਵੇ ਤੇਰੇ ਰਜ਼ਾ ਤੋਂ ਖੈਰਾਤ ਕਿੰਨੀ ਕੋਈ ਸਾਲ ਚੋਂ ਮੈਂ ਫਿਰ ਪਿਆਦਾ ਬਾਈ ਮੇਰੀ ਉਮੀਦ ਤੋਂ ਜ਼ਿਆਦਾ ਸੋਹਣਾ ਬੋਲਿਓ ਹਰ ਵਕਤ ਧੰਨਵਾਦ ਮੰਦਾ ਲੇਕਿਨ ਸਰ ਚੋ ਮੇਰੇ ਤੋਂ ਵਧਾ ਕੇ ਪੜਦਾ ਪਿਆ ਮੈਂ ਗੱਲ ਆਖੀ ਫਿਰ ਆਖੋ ਬਾਈ ਬੜੀ ਮਿਹਰਬਾਨੀ ਬੜਾ ਪਿਆਰਾ ਮਾਹੌਲ ਹੈ ਬਾਬਾ ਜੀ ਇੱਕ ਅਸਥਾਈ ਦੇਵਣਾ ਚਾਹੁੰਦਾ ਤੁਹਾਡੀ ਜ਼ਿੰਦਗੀ ਹੋਵੇ ਬੜਾ ਪਿਆਰਾ ਮਾਹੌਲ ਹੈ ਮੈਂ ਕੰਜੂਸੀ ਨਹੀਂ ਕਰਨਾ ਚਾਹੁੰਦਾ ਆਖਰੀ ਬਣੀ ਤੁਸੀਂ ਤਵੱਜੋ ਦਾ ਤਾਲਿਬਾ ਸੱਚ ਵਿਆਹ ਦੇਣ ਵਿਦਾਰ ਕਰੇ ਤੁਹਾਨੂੰ ਪਤਾ ਲੱਗਦਾ ਪਿਆ ਮੈਂ ਕਿਸ ਮਕਾਮ ਤੇ ਰੱਖ ਕੇ ਪੜਦਾ ਪਿਆ ਤੇ ਜਿਹੜਾ ਨਾ ਬੋਲੋ ਦੀ ਮਰਜ਼ੀ ਦੀ ਗੱਲ ਹੈ ਮੀ ਮਾਖੇ ਆਜਿਓ ਮੈਂ ਗਦੀਰੇ ਐਨ ਕੁਸਮ ਜੋ ਮੈਂ ਡਾਵੀਰ ਮੈਂ ਗੱਲ ਕੀ ਆਖੀ ਬਈ
ਮੈਂ ਦੀ ਤਰਫੋਂ ਆਖੇ ਆਖੇ